ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਆਪਣੇ ਚੈਨਲ ਯੂਟਿਊਬ ਫਾਰਮਰ 'ਤੇ ਤੁਹਾਡਾ ਸਵਾਗਤ ਹੈ। ਅਤੇ ਅੱਜ ਆਪਾਂ ਮੌਸਮ ਦੀ ਇੱਕ ਜਿਹੜੀ ਤਾਜ਼ਾ ਅਪਡੇਟ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਲਈ ਜਾਣਕਾਰੀ ਹਾਜ਼ਰ ਹੋਏ ਹਾਂ। ਜਿਹੜਾ ਕਿ ਪੰਜਾਬ ਵਿੱਚ ਮੌਸਮ ਹੈ ਅੱਜ 3 ਜੂਨ ਅਤੇ 4 ਜੂਨ, ਇਸ ਵਿੱਚ ਥੋੜ੍ਹੀ ਜਿਹੀ ਹਲਚਲ ਆਉਣ ਵਾਲੀ ਹੈ, ਜਿਸ ਦੇ ਸੰਬੰਧ ਵਿੱਚ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਜਿਹੜੀ ਮੌਸਮ ਵਿਭਾਗ ਵੱਲੋਂ ਜਾਣਕਾਰੀ ਆਈ ਹੈ ਇਸ ਸਮੇਂ ਕਿ ਪੰਜਾਬ ਅਤੇ ਨਾ ਹਰਿਆਣੇ ਦੇ ਸਰਹੱਦੀ ਇਲਾਕੇ ਹਨ ਜਿਹੜੇ, ਉਹਨਾਂ ਵਿੱਚ ਅੱਜ 3 ਤਰੀਕ ਤੋਂ ਲੈ ਕੇ 4 ਤਰੀਕ ਤੱਕ ਤੇਜ਼ ਹਵਾਵਾਂ ਨਾਲ ਅਤੇ ਧੂੜ ਭਰੀਆਂ ਹਨੇਰੀਆਂ ਚੱਲ ਸਕਦੀਆਂ ਹਨ, ਜਿਹੜੀਆਂ ਇਹ ਮੁੱਖ ਤਕਰੀਬਨ ਕਹਿ ਸਕਦੇ ਹਾਂ ਵੀ ਆਪਾਂ ਹਨੇਰੀ ਆਉਣੀ ਆ। ਉਸ ਦਾ ਕਾਰਨ ਇਹ ਹੈ ਕਿ ਜਿਹੜਾ ਇਹ ਏਰੀਆ ਹੈ ਇਸ ਦੇ ਵਿੱਚ ਇੱਕ ਸਾਈਕਲੋਨਿਕ ਸਰਕੂਲੇਸ਼ਨ ਸਿਸਟਮ ਬਣਿਆ ਹੋਇਆ ਜਿਸ ਨੂੰ ਆਪਾਂ ਚੱਕਰਵਾਤ ਕਹਿ ਸਕਦੇ ਹਾਂ। ਇਹਦੇ ਵਿੱਚ ਤੇਜ਼ ਗਤੀ ਵਾਲੀਆਂ ਘੁਮਾਉਦਾਰ ਦਿਸ਼ਾ ਵਿੱਚ ਹਵਾਵਾਂ ਚੱਲਦੀਆਂ ਰਹਿੰਦੀਆਂ ਹਨ ਅਤੇ ਜਿਸ ਦੇ ਸਿੱਟੇ ਵਜੋਂ ਉਮੀਦ ਹੈ ਕਿ ਪੰਜਾਬ ਦੇ ਇਲਾਕੇ ਵਿੱਚ ਅੱਜ ਸ਼ਾਮ ਦੇ ਵੇਲੇ ਧੂੜ ਭਰੀਆਂ ਹਨੇਰੀਆਂ ਆ ਸਕਦੀਆਂ ਹਨ, ਜਿਨ੍ਹਾਂ ਦੇ ਚਾਂਸ ਕੱਲ੍ਹ 4 ਜੂਨ ਨੂੰ ਵੀ ਇਸ ਤਰ੍ਹਾਂ ਜਾਰੀ ਰਹਿਣਗੇ। ਅਤੇ ਤਕਰੀਬਨ ਜੇ ਆਪਾਂ ਗੱਲ ਕਰੀਏ ਤਾਂ ਅੱਜ ਸਵੇਰ ਤੋਂ ਹੀ 3 ਜੂਨ ਦੇ ਤੇਜ਼ ਹਵਾਵਾਂ ਪੰਜਾਬ ਵਿੱਚ ਚੱਲਦੀਆਂ ਰਹਿਣਗੀਆਂ ਅਤੇ ਦੁਪਹਿਰ ਦੇ ਸਮੇਂ ਇਹਨਾਂ ਵਿੱਚ ਥੋੜ੍ਹੀ ਜਿਹੀ ਠੱਲ ਪਵੇਗੀ, ਜਿਸ ਤੋਂ ਬਾਅਦ ਹੁੰਮਸ ਵਾਲੀ ਸਥਿਤੀ ਜਿਹਨੂੰ ਕਹਿ ਸਕਦੇ ਹਾਂ ਆਪਾਂ ਵੀ ਉਹ ਪੈਦਾ ਹੋ ਜਾਵੇਗੀ। ਅਤੇ ਜਿਸ ਤੋਂ ਬਾਅਦ ਸ਼ਾਮ ਦੇ ਵੇਲੇ ਇਹ ਚਾਂਸ ਬਣਦਾ ਹੈ ਕਿ ਇਸ ਤਰ੍ਹਾਂ ਜਦੋਂ ਹੁੰਮਸ ਵਾਲੀ ਸਥਿਤੀ ਬਣ ਜਾਂਦੀ ਹੈ ਤਾਂ ਅਚਾਨਕ ਜਦੋਂ ਨਮੀ ਵਾਲੀਆਂ ਹਵਾਵਾਂ ਆਉਂਦੀਆਂ ਹਨ ਤਾਂ ਉਸਦੇ ਸਿੱਟੇ ਵਜੋਂ ਕੋਈ ਤੇਜ਼ ਹਵਾਵਾਂ ਜਾਂ ਬੱਦਲੀ ਗਤੀਵਿਧੀ ਹੁੰਦੀ ਹੈ। ਇਸ ਦਾ ਇਹ ਕਾਰਨ ਹੈ ਕਿ ਜਿਹੜਾ ਆਪਣੇ ਇਹ ਹਿਮਾਚਲ ਅਤੇ ਉੱਤਰਾਖੰਡ ਦਾ ਇਲਾਕਾ ਹੈ, ਪਹਾੜੀ ਇਲਾਕੇ ਜਿਹਨੂੰ ਕਹਿ ਸਕਦੇ ਹਾਂ, ਉਸ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਅਤੇ ਜਿਸ ਦੇ ਸਿੱਟੇ ਵਜੋਂ ਨਮੀ ਵਾਲੀਆਂ ਹਵਾਵਾਂ ਪੰਜਾਬ ਉੱਤੇ ਆ ਸਕਦੀਆਂ ਹਨ ਅਤੇ ਜਿਸ ਦੇ ਕਾਰਨ 3 ਅਤੇ 4 ਜੂਨ ਨੂੰ ਪੰਜਾਬ ਵਿੱਚ ਕਈ ਇਲਾਕਿਆਂ ਵਿੱਚ ਧੂੜ ਭਰੀਆਂ ਹਨੇਰੀਆਂ ਅਤੇ ਤੇਜ਼ ਹਵਾਵਾਂ ਚੱਲਣਗੀਆਂ ਅਤੇ ਜਿਸ ਦੇ ਸਿੱਟੇ ਵਜੋਂ 1-2 ਥਾਵਾਂ 'ਤੇ ਹਲਕੀ ਜਿਹਨੂੰ ਆਪਾਂ ਬੂੰਦਾਬਾਂਦੀ ਛਿੱਟੇਦਾਰ ਕਣੀਆਂ ਪੈ ਸਕਦੀਆਂ ਹਨ, ਪਰ ਜ਼ਿਆਦਾ ਕੋਈ ਤਕੜੀ ਬਾਰਿਸ਼ ਦੀ ਸੰਭਾਵਨਾ ਬਿਲਕੁਲ ਨਹੀਂ ਹੈ। ਸੋ ਇਸ ਦੇ ਸੰਬੰਧ ਵਿੱਚ ਜੇ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਟਾਈਮ 'ਤੇ।